ਤਨਤਨ ਦਾ ਕਸੂਰ ਨਾਲਾ ਜਿਸ ਵਿੱਚ ਪਾਣੀ ਆ ਗਿਆ ਹੈ। ਇਸ ਕਸੂਰ ਨਾਲੇ 'ਚ ਕਾਫੀ ਸਾਲ ਪਹਿਲਾਂ ਪਾਣੀ ਆਇਆ ਸੀ ਤੇ ਹੁਣ 2018 'ਚ ਫੇਰ ਆਇਆ ਹੈ। ਇਸ ਕਸੂਰ ਨਾਲੇ ਦੀ ਸਫਾਈ ਨਹੀਂ ਹੋਈ ਤੇ ਸਫਾਈ ਨਾ ਹੋਣ ਕਰਕੇ ਬੂਟੀ ਪੁੱਲ ਦੇ ਕੋਲ ਭਾਰੀ ਜਮ੍ਹਾਂ ਹੋ ਗਈ ਹੈ ਅਤੇ ਭਰੀ ਪਈ ਹੈ। ਪਰ ਤਰਨ ਤਰਨ ਪ੍ਰਸ਼ਾਸਨ ਸੁੱਤਾ ਪਿਆ ਹੈ। ਅਗਰ ਬੂਟੀ ਨੂੰ ਜਲਦ ਤੋਂ ਜਲਦ ਪਰਾ ਨਾ ਕੀਤਾ ਗਿਆ ਤਾਂ ਖਤਰਾ ਵੱਧ ਜਾਵੇਗਾ ਅਤੇ ਪਾਣੀ ਕਸੂਰ ਨਾਲੇ ਦਾ ਪਿੰਡਾਂ ਵਿੱਚ ਤੇ ਸ਼ਹਿਰ ਵਿੱਚ ਆ ਜਾਵੇਗਾ। ਲੋਕਾਂ ਦਾ ਕਹਿਣਾ ਹੈ ਕਿ ਕਾਫੀ ਸਮਾਂ ਪਹਿਲਾਂ ਕਸੂਰ ਨਾਲੇ 'ਚ ਪਾਣੀ ਆਇਆ ਸੀ ਅਤੇ ਹੁਣ ਉਸ ਤੋਂ ਬਾਅਦ ਪਾਣੀ ਆਇਆ ਹੈ। ਨਾਲੇ 'ਚ ਬੂਟੀ ਫਸੀ ਹੋਈ ਹੈ ਅਤੇ ਇਸ ਨੂੰ ਜਲਦੀ ਪਰਾ ਕਰਨਾ ਚਾਹੀਦਾ ਹੈ, ਨਹੀਂ ਤਾਂ ਪੁੱਲ ਨੂੰ ਵੀ ਖਤਰਾ ਹੋਵੇਗਾ। ਕੀ ਚੀਜ਼ ਜਿਹੜੀ ਵਿੱਚ ਰੁਕੀ ਹੋਈ ਹੈ? ਇਹ ਬੂਟੀ ਹੈ ਜੀ, ਬੂਟੀ ਸਫਾਈ ਨਹੀਂ ਕੀਤੀ ਗਈ, ਨਾ ਸਫਾਈ ਕਰਨਾ ਚਾਹੀਦਾ। ਕਿੰਨਾ ਚਿਰ ਪਹਿਲਾਂ ਪਾਣੀ ਆਇਆ ਸੀ ਤੇ ਹੁਣ ਆਇਆ ਵਾ? ਬੜੇ ਸਾਲ ਹੋ ਗਏ, ਇਹ ਤਾਂ ਪਾਣੀ ਜਦਾ ਆਇਆ ਨਹੀਂ ਹੁੰਦਾ ਕਿ ਜਦਾ। ਤੇ ਅੱਗੇ ਪਾਣੀ ਹੁਣ ਜਿਵੇਂ ਇੱਥੇ ਰੁਕਿਆ ਹੋਇਆ ਵਾ ਤੇ ਇਹਦਾ ਕੋਈ ਖਤਰਾ ਹੈਗਾ ਪੁੱਲ ਨੂੰ? ਖਤਰਾ ਪੁੱਲ ਨੂੰ ਜੀ, ਜ਼ਿਆਦਾ ਬੂਟੀ ਅੜ ਕੇ ਰੁੜ ਸਕਦੀ। ਅੱਛਾ, ਤੇ ਕੀ ਹੋਣਾ ਚਾਹੀਦਾ? ਇਹ ਸਫਾਈ ਹੋਣੀ ਚਾਹੀਦੀ। ਇਹ ਤਾਂ ਬਹੁਤ ਹਾਲਾਤ ਮਾੜੇ ਆ ਤੇ ਇਹਦੇ ਪੁੱਲ ਤੋਂ ਸਰਦਾ ਵੇ, ਇਹ ਤਾਂ ਪਹਿਲਾਂ ਮਤਲਬ ਸਰਕਾਰ ਨੂੰ ਚਾਹੀਦਾ ਇਹਦਾ ਕੋਈ ਵੀ ਸਫਾਈ ਸਫੂਈ ਰੱਖਣੀ। ਇਹ ਹੁਣ ਮਤਲਬ ਜਦੋਂ ਇਹ ਪਾਣੀ ਵੱਧ ਵੀ ਸਕਦਾ, ਹੋਰ ਵੱਧ ਕੇ ਨੁਕਸਾਨ ਹੋ ਸਕਦਾ ਵਾ। ਪੁੱਲ ਨੂੰ ਕੀ ਖਤਰਾ? ਪੁੱਲ ਨੂੰ ਇਹ ਬੂਟੀ ਦਾ ਖਤਰਾ, ਪਾਣੀ ਦਾ ਖਤਰਾ ਹੀ ਇਹਦੇ। ਇਹ ਚਿੱਦਾਂ ਕਾਫੀ ਚਿੱਦਾਂ ਵੇਖਿਆ ਜਾਂ ਉਦੋਂ 90 'ਚ ਆਇਆ ਸੀ ਪਾਣੀ ਇਹ, ਤੇ ਹੁਣ ਹੁਣ ਵੀ ਬਹੁਤ ਜ਼ਿਆਦਾ ਪਾਣੀ ਆਇਆ ਤੇ ਬੂਟੀ ਲੱਗੀ ਵੀ ਵੇਖੋ ਨਾਲ। ਹਾਈਲਾਈਟ ਕੀਤਾ ਗਿਆ ਪੰਜਾਬ ਵੱਲੋਂ? ਹਾਂਜੀ ਹਾਂਜੀ। ਤੇ ਕੋਈ ਪ੍ਰਸ਼ਾਸਨ? ਪ੍ਰਸ਼ਾਸਨ ਇੱਥੇ ਕੋਈ ਵੇਖ ਲਓ, ਆਉਣ ਨਹੀਂ ਡਿਆ, ਕੋਈ ਵੇਖਣ ਡਿਆ ਕੋਈ? ਕੀ ਹੋਣਾ ਚਾਹੀਦਾ ਇਹਦਾ? ਇਹਦਾ ਤਾਂ ਹੁਣ ਸਰਕਾਰ ਨੂੰ ਚਾਹੀਦਾ ਵੀ ਕੋਈ ਨਾ ਕੋਈ ਕਰੇ ਤੇ ਫੇਰ ਹੀ ਆ। ਜਾਗਤੀ ਲੈਣ ਲਈ ਤਰਨ ਤਾਰਨ ਤੋਂ ਵਿਜੇ ਕੁਮਾਰ ਦੀ ਰਿਪੋਰਟ।